ਪੇਪਰਾਂ ਤੇ ਸਾਈਨ ਕਰਵਾਏ ਗਏ ਤੁਸੀਂ ਪੁੱਛਣ ਮੈਂ ਬੇ ਮੈਂ ਪੁੱਛਿਆ ਪਾਰਟੀਆ ਸਾਹਿਬ ਛੰਮੀ ਪਾਰਟੀਆ ਜੀ ਉੱਥੇ ਸੀਗੇ ਜਦ ਕਿ ਮੈਂ ਉਹਨਾਂ ਨੂੰ ਬੁਲਾਇਆ ਸੀਗਾ ਕਿਉਂਕਿ ਉਸ ਵੇਲੇ ਕੋਈ ਨਹੀਂ ਸੀ ਮੈਂ ਇਕੱਲੀ ਸੀਗੀ ਮੈਂ ਉਹਨਾਂ ਨੂੰ ਬੁਲਾਇਆ ਸੀ ਉੱਥੇ ਮੇਰੇ ਕੋਲ ਫੋਨ ਨਹੀਂ ਸੀ ਲਿਆ ਇਹਨਾਂ ਨੇ ਫੋਨ ਮੇਰਾ ਮੇਰੇ ਕੋਲ ਹੀ ਸੀਗਾ ਪੁੱਛਿਆ ਤੁਸੀਂ ਵੀ ਇਹਨਾਂ ਨੂੰ ਹਾਂ ਮੈਂ ਪੁੱਛਿਆ ਮੈਂ ਕਿਹਾ ਜੀ ਮੇਰੇ ਤੋਂ ਇਹ ਕਿਉਂ ਕੋਰੇ ਪੇਪਰਾਂ ਤੇ ਕਾਗਜ਼ ਕਹਿੰਦੇ ਜੀ ਕਾਗਜ਼ ਕਾਰਵਾਈ ਹੈ ਕਾਗਜ਼ ਕਾਰਵਾਈ ਕੋਰੇ ਪੇਪਰ ਤੇ ਸਾਈਨ ਕਰ ਹਾਂ ਜੀ ਮੈਂ ਤੇ ਇਹਨਾਂ ਨੇ ਕੋਰੇ ਕਾਗਜ਼ ਤੇ ਸਾਈਨ ਕਰਵਾਈ ਦੋ ਪੇਪਰਾਂ ਤੇ ਕਰਵਾਈ ਦੋ ਦੋ ਥੈ ਕਰਵਾਏ फगवाड़ा तो एक अजिहा मामला सामने आया है जिथे एक औरत दे वल्लों पुलिस दे उत्ते गंभीर दोष लगाए गए ने। दरअसल एक महिला ने दोष लगाया है कि वड्डी गिनती दे विच पुलिस ने उन्हां दे घर दी चैकिंग कीती पर कुछ भी ना मिलन दे बावजूद पुलिस ने उन्हां दे खिलाफ नशा तस्करी ते आर्म्स एक्ट दा केस दर्ज कर लिया जिस तों बेहद परेशान ने। जिक्र योग है कि प्रेस कॉन्फ्रेंस दौरान महिला दा कहना सी कि पुलिस दे वल्लों नाजायज केस दर्ज कीता गया है अते थाने सद के कोरे कागज दे उत्ते दस्तखत भी करवाए गए ने। ਮੇਰਾ ਨਾਮ ਜੀ ਮੀਨਾ ਸੈਣੀ। ਮੈਂ ਕੀ ਮਾਮਲਾ ਜਿਹੜਾ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਕੀ ਗੱਲ ਹੋ ਗਈ ਅੱਜ? ਸਰ ਮੇਰੇ ਨਾਲ ਪੁਲਿਸ ਪ੍ਰਸ਼ਾਸਨ ਨੇ ਸਰ ਧੱਕਾ ਕੀਤਾ ਆ, ਸ਼ਰੇਆਮ ਧੱਕਾ ਹੋਇਆ ਮੇਰੇ ਨਾਲ। ਕਿਸ ਕਾਲ ਤੋਂ ਲੈ ਕੇ ਧੱਕਾ ਕੀਤਾ ਤੁਹਾਡੇ ਨਾਲ? ਸਰ ਮੈਨੂੰ ਨਹੀਂ ਪਤਾ, ਇਹ ਮੇਰੇ ਪਰਸੋਂ ਸ਼ੁੱਕਰਵਾਰ ਨੂੰ ਮੇਰੇ ਘਰ ਇਹਨਾਂ ਨੇ 7 ਵਜੇ ਰੇਡ ਕੀਤੀ ਆ। ਕੋਈ 15-20 ਬੰਦੇ ਸੀਗੇ ਪੁਲਿਸ ਵਾਲੇ। ਅੱਛਾ ਜੀ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਬੈਠੇ ਆ। ਮੈਂ ਘਰ ਹੈ ਨਹੀਂ ਸੀ, ਮੈਂ ਗੁਰੂ ਘਰ ਗਈ ਹੋਈ ਸੀ। ਉਸ ਤੋਂ ਬਾਅਦ ਮੈਂ ਆਈ ਆ, ਮੈਂ ਘਰ ਬੈਠੀ ਆ, ਆਣ ਕੇ ਚਾਹ ਪਾਣੀ ਪੀ ਕੇ ਇਹ ਮੇਰੇ ਘਰੋਂ ਗਏ। ਬੜੇ ਆਰਾਮ ਨਾਲ ਮੇਰੇ ਬਿਆਨ ਲਿਖ ਕੇ ਕਿ ਸਾਨੂੰ ਕੁਛ ਰਿਕਵਰ ਨਹੀਂ ਹੋਇਆ। ਇਹਨਾਂ ਨੇ ਸਾਰੇ ਉੱਪਰੋਂ ਫੋਲਾ ਫਾਲੀ ਕੀਤੀ ਆ, ਫੋਟੋਆਂ ਖਿੱਚੀਆਂ ਅਲਮਾਰੀਆਂ ਦੀਆਂ, ਲੈ ਕੇ ਗਏ ਆ। ਤੇ ਮੈਮ ਜਦੋਂ ਆਏ ਪੁਲਿਸ ਉਦੋਂ ਘਰ ਕੌਣ ਸੀ? ਮਤਲਬ ਉਸ ਵੇਲੇ ਘਰ ਦੇ ਵਿੱਚ ਮੇਰੀ ਬੇਟੀ ਸੀ, ਮੇਰਾ ਸਹੁਰਾ ਸਾਹਿਬ ਸੀਗੇ ਤੇ ਮੇਰੀ ਸੱਸ ਜੀ ਸੀਗੇ। ਤੇ ਮੇਰੇ ਹਸਬੈਂਡ ਨਹੀਂ ਸੀ, ਮੇਰੇ ਹਸਬੈਂਡ ਪੇਪਰ ਦੇਣ ਜਾਂਦੇ ਆ, ਉਹ ਗਏ ਹੋਏ ਸੀਗੇ। ਪੁਲਿਸ ਮੁਲਾਜ਼ਮ ਕਿਹੜੇ ਥਾਣੇ ਤੋਂ ਆਏ ਸੀ? ਮੈਂ ਜੀ ਇੱਕ ਨੂੰ ਜੀ ਬਲਵਿੰਦਰ ਰਾਜ ਜੀ ਨੂੰ ਜਾਣਦੀ ਹਾਂ, ਉਹ ਆਏ ਸੀ। ਉਹ ਕਹਿੰਦੇ ਮੈਂ ਅਸੀਂ ਉੱਥੋਂ ਆਏ ਹਾਂ, ਸਤਨਾਮਪੁਰੇ ਤੋਂ ਆਏ ਹਾਂ। ਤੇ ਪਰਚਾ ਮੈਡਮ ਥਾਣਾ ਸਿਟੀ ਜੀ ਜਿਹੜਾ ਹੋਇਆ, ਹਾਂਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਸਰ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹੈਗਾ, ਕਿਉਂ ਕੀਤਾ ਮੈਨੂੰ ਨਹੀਂ ਪਤਾ। ਪੁਲਿਸ ਨੇ ਮੇਰੇ ਨਾਲ ਕੀ ਕਿਹੜੀ ਗੱਲ ਦੀ ਰੰਜਿਸ਼ ਕੱਢੀ ਆ ਮੈਨੂੰ ਨਹੀਂ ਪਤਾ ਕਿਉਂ। ਪੁਲਿਸ ਤੇ ਸਤਨਾਮਪੁਰਾ ਥਾਣੇ ਦੀ ਆਈ ਆ, ਪਰਚਾ ਸਿਟੀ ਹੋਇਆ? ਹਾਂਜੀ, ਸਿਟੀ ਦੇ 20 ਬੰਦੇ ਵਿੱਚ ਸੀ, ਪੀਸੀਆਰ ਵਾਲੇ ਵੀ ਸੀਗੇ। ਅੱਛਾ, ਫਿਰ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ, ਕੀ ਸਾਹਮਣੇ ਆਇਆ ਤੁਹਾਡੇ ਸਾਹਮਣੇ? ਮੇਰੇ ਕੁਛ ਨਹੀਂ, ਉਸ ਤੋਂ ਬਾਅਦ ਮੈਂ ਪੁਲਿਸ ਨੂੰ ਪੁੱਛਣ ਲਈ ਥਾਣੇ ਗਈ ਆ। ਆਪ ਗਏ ਮੇਰੇ ਕੋਲ, ਇੱਥੇ ਬਿਆਨ ਲੈ ਕੇ ਚਲੇ ਗਏ ਨੇ। ਇੱਥੋਂ ਕੀ ਬਿਆਨ? ਉਹਨਾਂ ਨੇ ਲਿਖਿਆ ਆ ਕਿ ਸਾਨੂੰ ਕੁਛ ਖਬਰ ਨਹੀਂ ਹੋਇਆ ਹੈਗਾ ਤੇ ਸਾਈਨ ਕਰਾ ਕੇ ਚਲੇ ਗਏ। ਓਕੇ, ਸਾਡੀ ਜਿਹੜੀ ਆ ਇਹ ਗੱਲ ਕਿਹਨੇ ਲਿਖੀ ਸੀ? ਇਹ ਇੱਥੇ ਬੈਠੇ ਸੀਗੇ ਉਹਨਾਂ ਨੇ ਲਿਖੀ ਆ, ਮੈਨੂੰ ਹੁਣ ਨਹੀਂ ਪਤਾ। ਮਤਲਬ ਪੁਲਿਸ ਵਾਲਿਆਂ ਨੇ ਲਿਖੀ? ਪੁਲਿਸ ਵਾਲਿਆਂ ਨੇ ਲਿਖਿਆ, ਪੇਪਰ ਉਹਨਾਂ ਨੇ ਲਿਖਿਆ ਜੀ। ਅੱਛਾ ਜੀ, ਉਹਦਾ ਹੈਗਾ ਕੋਈ ਤੁਹਾਡੇ ਕੋਲ ਪ੍ਰੂਫ ਵਗੈਰਾ ਵਿਦਾਂ ਦਾ ਕੋਈ? ਨਹੀਂ, ਉਹ ਲੈ ਗਏ ਨਾਲ ਹੀ ਮੇਰੇ ਕੋਲ ਸਾਈਨ ਕਰਾ ਕੇ ਨਾਲ ਲੈ ਕੇ। ਅੱਛਾ ਮੈਮ, ਮੈਂ ਖੁਦ ਤੁਸੀਂ ਪੇਪਰਾਂ ਦੀ ਗੱਲ ਕਰਦੇ ਪਏ ਸੀ ਵੀ ਕੋਰੇ ਪੇਪਰ ਤੇ ਕੋਈ ਸਾਈਨ? ਇਹ ਮੇਰੇ ਸਿਟੀ ਦੇ ਵਿੱਚ ਜਿੱਲਾ ਮੈਂ ਗਈ ਆ। ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਮੁਨਸ਼ੀਆਂ ਸਾਹਿਬ ਨੂੰ ਕਿਹਾ, ਮੈਂ ਕਿਹਾ ਕਿ ਮੈਂ ਸਾਹਿਬ ਨੂੰ ਮਿਲਣਾ। ਮੈਨੂੰ ਨਹੀਂ ਸੀ ਪਤਾ ਕਿ ਜੋਗਿੰਦਰ ਸਿੰਘ ਜੀ ਹੁਣੀ SHO ਆ, ਨਾ ਮੈਂ ਜਾਣਦੀ ਸੀਗੀ। ਮੈਂ ਉਹ ਕਹਿੰਦੇ, ਮੈਂ ਕਿਹਾ ਮੈਂ ਜੋਗਿੰਦਰ ਸਿੰਘ ਜੀ ਨੂੰ ਮਿਲਣਾ। ਉਹ ਕਹਿੰਦੇ ਉਹ ਸਾਹਿਬ ਆ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਮੈਂ ਉਹਨਾਂ ਨੂੰ ਮਿਲਣਾ। ਜਾਨੂ ਸਾਹਿਬ ਅੰਦਰੋਂ ਆਏ ਆ, ਉਹ ਕਹਿੰਦੇ ਤੁਸੀਂ ਬਿਠਾਓ, ਮੈਂ ਆਉਣਾ। ਉਸ ਤੋਂ ਬਾਅਦ ਇਹਨਾਂ ਨੇ ਸਾਹਿਬ ਨੇ ਮੈਨੂੰ 3 ਘੰਟੇ ਬਿਠਾ ਕੇ ਰੱਖਿਆ ਉੱਥੇ। ਅੱਛਾ ਜੀ। ਮੇਰੇ ਕੋਲ ਲੇਡੀਜ਼ ਪੁਲਿਸ ਬਿਠਾ ਦਿੱਤੀ ਆ ਕਿ ਇਹਨਾਂ ਨੂੰ ਬਿਠਾ ਕੇ ਰੱਖੋ। ਮੈਂ ਉਹਨਾਂ ਨੂੰ ਪੁੱਛਣ ਦਈ ਆ ਕਿ ਕੀ ਕਾਰਨ ਆ, ਮੈਨੂੰ ਕਿਉਂ ਬਿਠਾਇਆ ਗਿਆ ਵਾ, ਕੀ ਗੱਲ ਆ। ਮੈਂ ਤਾਂ ਆਪਣੇ ਆਪ ਆਈ ਆ, ਮੈਨੂੰ ਕਿਸੇ ਨੇ ਬੁਲਾਇਆ ਨਹੀਂ ਗਿਆ ਇੱਥੇ। ਉਹ ਕਹਿੰਦੇ ਸਾਨੂੰ ਨਹੀਂ ਜੀ ਪਤਾ, ਸਾਹਿਬ ਨੇ ਸਾਨੂੰ ਤੁਹਾਨੂੰ ਬਿਠਾਇਆ ਇੱਥੇ। ਫਿਰ ਤੁਹਾਨੂੰ ਛੱਡਿਆ ਕਿੱਦਾਂ ਭੇਜਿਆ ਉਹਨਾਂ ਨੇ? ਫਿਰ ਉਹ ਉਹਨਾਂ ਦੇ ਆਏ ਆ, ਉਹਨਾਂ ਨੇ ਦੇਖਿਆ ਕਿ ਬੈਠੇ ਆ, ਉਹਨਾਂ ਨੇ ਮੈਨੂੰ ਬੁਲਾਇਆ ਅੰਦਰ। ਤੇ ਜਿਹੜਾ ਮੈਡਮ ਪਰਚਾ ਹੋਇਆ, ਕਿੰਨੇ ਜਣੇ ਬੈਠੇ ਸੀ ਉਸ ਵੇਲੇ? DSP ਸਾਹਿਬ ਵੀ ਬੈਠੇ ਸੀਗੇ ਜੀ ਅੰਦਰ, ਜਿਲ੍ਹਾ ਉਹਨਾਂ ਨੇ ਮੇਰੇ ਤੋਂ ਪੁੱਛਗਿੱਛ ਕੀਤੀ ਆ। SP ਸਾਹਿਬ ਵੀ ਬੈਠੇ ਸੀਗੇ, SHO ਸਾਹਿਬ ਵੀ ਬੈਠੇ ਸੀਗੇ। SP ਸਾਹਿਬ ਨੇ ਮੇਰੇ ਨਾਲ ਬੜੇ ਅੱਛੇ ਤਰੀਕੇ ਨਾਲ ਗੱਲ ਕੀਤੀ। ਉਹ ਕਹਿੰਦੇ ਮੇਰੀ ਇਹ ਨੌਲੇਜ 'ਚ ਨਹੀਂ ਆ ਕੋਈ ਵੀ ਗੱਲ। ਤੇ ਮੈਡਮ ਜਿਹੜਾ ਪਰਚਾ ਹੋਇਆ ਸੀ, ਕਿੰਨੇ ਜਣਿਆਂ ਤੇ ਕੀਤਾ ਗਿਆ ਸੀ ਉਹ? 4 ਜਣਿਆਂ ਤੇ ਪਰਚਾ ਕੀਤਾ ਗਿਆ ਸੀ ਜੀ। ਉਹਦੇ ਵਿੱਚ ਇੱਕ ਕੁੜੀ ਦਾ ਨਾਮ ਵੀ ਆਉਂਦਾ ਪਿਆ? ਸਰ ਮੈਂ ਉਸ ਕੁੜੀ ਨੂੰ ਅਜੇ ਤੱਕ ਨਾ ਮੈਂ ਕਦੀ ਉਹਨੂੰ ਮਿਲੀ ਆ, ਨਾ ਮੈਂ ਉਹਨੂੰ ਉਹਦੇ ਬਾਰੇ ਕੁਝ ਜਾਣਦੀ ਆ। ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜੀ ਪੁਲਿਸ ਨਾਲ ਗੱਲ ਵੈਸੇ? ਮੇਰੀ ਉਸ ਤੋਂ ਬਾਅਦ ਜੀ ਮੈਨੂੰ SP ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਡਮ ਨੂੰ ਘਰ ਭੇਜੋ, ਇਹਨਾਂ ਦੀ ਕੋਈ ਗੱਲ ਨਹੀਂ ਹੈਗੀ, ਇਹਨਾਂ ਤੋਂ ਅਸੀਂ ਕੀ ਲੈਣਾ ਦੇਣਾ। ਤੇ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਜੇ ਕੋਈ ਸਮਾਨ ਮਿਲਿਆ ਨਹੀਂ ਜਾਂ ਕੋਈ ਰਿਕਵਰੀ ਨਹੀਂ ਹੋਈ ਤੇ ਪਰਚਾ ਕਿਉਂ ਕੀਤਾ? ਪਰਚਾ ਸਰ ਉਸ ਤੋਂ ਬਾਅਦ ਫਿਰ ਪਰਚਾ ਰਾਤ ਨੂੰ ਕੀਤਾ। ਉਹ ਪੁੱਛਿਆ ਤੁਸੀਂ ਉਹਨਾਂ ਨੂੰ? ਮੈਂ ਫੋਨ ਕੀਤਾ ਸਰ, ਮੈਂ ਫੋਨ ਕੀਤਾ, ਮੈਂ SP ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਸਰ ਤੁਸੀਂ ਤਾਂ ਕਹਿੰਦੇ ਸੀ ਕੁਝ ਲੈਣਾ ਦੇਣਾ ਨਹੀਂ, ਮੇਰੇ ਤੇ ਪਰਚਾ ਕਿਉਂ ਕੀਤਾ ਗਿਆ ਹੈਗਾ ਆ? ਤੇ ਕਹਿੰਦੇ ਇਹ ਥੋੜੀ ਬਹੁਤੀ ਖਬਰ ਦੇਣੀ ਪੈਂਦੀ ਆ, ਮਤਲਬ ਵੀ ਪਰਚਾ ਕਰਨਾ ਪੈਂਦਾ ਥੋੜਾ। ਹਾਂਜੀ, ਬਸ ਇੰਨੀ ਕਿਹਾ। ਉਸ ਤੋਂ ਬਾਅਦ ਮੇਰਾ ਫੋਨ ਕੱਟ ਦਿੱਤਾ, ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਅੱਛਾ ਜੀ। ਹਾਂਜੀ। ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ? ਸਰ ਮੈਂ ਕੱਲ SP ਸਾਹਿਬ ਨੂੰ ਫੋਨ ਕੀਤਾ,
ਮੈਂ ਉਹਨਾਂ ਨੂੰ ਪੁੱਛਿਆ ਸਰ ਮੈਂ ਥਾਣੇ ਤੋਂ ਬੋਲਦੀ ਹਾਂ ਅਮੀਨਾ ਸੈਣੀ ਮੇਰੇ ਤੇ ਪਰਚਾ ਕੀਤਾ ਵਾ ਕਿਹੜੀ ਗੱਲ ਨੂੰ ਕੀਤਾ ਵਾ ਕੀ ਕਾਰਨ ਆ ਮੇਰੀ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਰ ਮੈਂ ਜਦੋਂ ਵੀ ਜਾਂਦੀ ਹਾਂ ਮੈਨੂੰ ਰਸਤੇ 'ਚ ਘੇਰ ਲਓ ਮੈਨੂੰ ਫੜ ਲਓ ਜਿੱਥੇ ਮਰਜ਼ੀ ਤੁਸੀਂ ਰਿਕਵਰ ਕਰ ਲਓ ਮੇਰੇ ਤੋਂ ਜੋ ਵੀ ਮੈਨੂੰ ਮਿਲਦਾ ਮੇਰੇ ਤੇ ਬਣਦੀ ਕਾਰਵਾਈ ਕਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਮੇਰੇ ਕੋਈ ਜੇ ਮੇਰਾ ਕਿਸੇ ਨਾਲ ਲਿੰਕ ਹੋਵੇ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਨੰਬਰ ਲਿਖਾਏ ਆ ਕਿ ਜੇ ਮੇਰੇ ਨੰਬਰਾਂ ਦਾ ਕੋਈ ਲਿੰਕ ਨਿਕਲਦਾ ਮੇਰੇ ਤੇ ਬਣਦੀ ਕਾਰਵਾਈ ਕਰੋ ਮਤਲਬ ਕੋਈ ਸਮਾਨ ਕੁਛ ਤੁਹਾਡੇ ਕੋਲ ਬਰਾਮਦ ਕਿਉਂ ਨਹੀਂ ਮੇਰੇ ਕੋਲ ਕੋਈ ਬਰਾਮਦ ਨਹੀਂ ਹੋਇਆ ਉੱਥੇ ਉਹਨਾਂ ਨੇ ਮੇਰੇ ਤੋਂ ਫਿਰ ਪੁੱਛਗਿੱਛ ਕੀਤੀ ਆ ਸਾਰੀ ਮੈਂ ਉਹਨਾਂ ਨੂੰ ਦੱਸਤਾ ਉਹਨਾਂ ਕਹਿੰਦੇ ਕੋਈ ਸਾਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਵੀ ਕੀ ਹੱਥ ਮੈਨੂੰ ਨਹੀਂ ਪਤਾ ਇਹ ਕਿਹਦੀ ਸਾਜ਼ਿਸ਼ ਆ ਕਿਹੜਾ ਬੰਦਾ ਵਾ ਜਿਹੜਾ ਮੇਰੇ ਨਾਲ ਖੁੰਦਕ ਕੱਢਦਾ ਆ ਮੈਂ ਉਸ ਬੰਦੇ ਨੂੰ ਚੈਲੰਜ ਕਰਨਾ ਚਾਹੁੰਦੀ ਆ ਕਿ ਉਹ ਸਾਹਮਣੇ ਆ ਕੇ ਮੇਰੇ ਨਾਲ ਖੁੰਦਕ ਕੱਢੇ ਲੱਗਦਾ ਮਤਲਬ ਇਹ ਖੁੰਦਕ ਕੱਢ ਰਿਹਾ ਹਾਂ ਬਿਲਕੁਲ ਮੈਨੂੰ ਲੱਗਦਾ ਸਰ ਅੱਜ ਮੈਂ ਬੈਠੀ ਆ ਅੱਜ ਇਹ ਐਸਪੀ ਐਸਐਸਪੀ ਸਾਹਿਬ ਆਏ ਆ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਦਾ ਕੰਮ ਚੱਲਦਾ ਵਾ ਕੱਲ ਹੋਰ ਐਸਪੀ ਐਸਐਸਪੀ ਸਾਹਿਬ ਆ ਜੂਗੇ ਉਹਨਾਂ ਨੂੰ ਕਹਿ ਦਿੱਤਾ ਜਾਊਗਾ ਮੈਂ ਤਾਂ ਇਸੇ ਕੰਮ ਦੇ ਰਹਿ ਗਈ ਮੈਂ ਘਰੋਂ ਹੀ ਨੱਠੀ ਰਹੂੰਗੀ ਜਿਹੜੇ ਪੁਲਿਸ ਨੇ ਤੁਹਾਡੇ ਤੋਂ ਸਾਈਨ ਕਰ ਇੱਥੇ ਆਈ ਸੀ ਨਾਲ ਉਹਨਾਂ ਨੇ ਮੈਨੂੰ ਦੋ ਇੱਕ ਤਾਂ ਮੇਰੇ ਕੋ ਜੋ ਮੇਰਾ ਬਾਇਓਡਾਟਾ ਲਿਖਿਆ ਗਿਆ ਉੱਤੇ ਸਾਈਨ ਕਰਾਏ ਦੋ ਮੇਰੇ ਤੋਂ ਕੋਰੇ ਪੇਪਰਾਂ ਤੇ ਸਾਈਨ ਕਰਵਾਏ ਗਏ ਤੁਸੀਂ ਪੁੱਛਿਆ ਨਹੀਂ ਮੈਂ ਮੈਂ ਪੁੱਛਿਆ ਪਾਰਟੀਆਂ ਸਾਹਿਬ ਛੰਮੀ ਪਾਰਟੀਆਂ ਜੀ ਉੱਥੇ ਸੀਗੇ ਜਦਕਿ ਮੈਂ ਉਹਨਾਂ ਨੂੰ ਬੁਲਾਇਆ ਸੀਗਾ ਕਿਉਂਕਿ ਉਸ ਵੇਲੇ ਕੋਈ ਨਹੀਂ ਸੀ ਮੈਂ ਇਕੱਲੀ ਸੀਗੀ ਮੈਂ ਉਹਨਾਂ ਨੂੰ ਬੁਲਾਇਆ ਸੀ ਉੱਥੇ ਮੇਰੇ ਕੋ ਫੋਨ ਨਹੀਂ ਸੀ ਲਿਆ ਇਹਨਾਂ ਨੇ ਫੋਨ ਮੇਰਾ ਮੇਰੇ ਕੋਲ ਹੀ ਸੀਗਾ ਪੁੱਛਿਆ ਤੁਸੀਂ ਵੀ ਇਹਨਾਂ ਨੂੰ ਹਾਂ ਮੈਂ ਪੁੱਛਿਆ ਮੈਂ ਕਿਹਾ ਜੀ ਮੇਰੇ ਤੋਂ ਇਹ ਕਿਉਂ ਕੋਰੇ ਪੇਪਰਾਂ ਤੇ ਕਾਗਜ਼ ਕਹਿੰਦੇ ਜੀ ਕਾਗਜ਼ ਕਾਰਵਾਈ ਆ ਕਾਗਜ਼ ਕਾਰਵਾਈ ਕੋਰੇ ਪੇਪਰ ਤੇ ਸਾਈਨ ਕਰ ਹਾਂਜੀ ਮੈਂ ਤੇ ਇਹਨਾਂ ਨੇ ਕੋਰੇ ਕਾਗਜ਼ ਤੇ ਸਾਈਨ ਕਰਵਾਏ ਆ ਦੋ ਪੇਪਰਾਂ ਤੇ ਕਰਵਾਏ ਆ ਦੋ ਦੋ ਥੈ ਕਰਵਾਏ ਆ ਮੈਡਮ ਜੀ ਅੱਜ ਰੰਧਾਵਾ ਸਾਹਿਬ ਨੂੰ ਤੁਸੀਂ ਮਿਲੇ ਆ ਕੀ ਵਿਸ਼ਵਾਸ ਹੁੰਦਾ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਇਹ ਕਿਹਾ ਕਿ ਜੋ ਜੇ ਤਾਂ ਇਹਨਾਂ ਦੀ ਕੋਈ ਗੱਲ ਹੈ ਕੋਈ ਇਹਨਾਂ ਦੇ ਬੰਦੀ ਆ ਤੇ ਇਹਨਾਂ ਦੀ ਕਾਰਵਾਈ ਕਰੋ ਨਹੀਂ ਤਾਂ ਇਹਨਾਂ ਨੂੰ ਰਿਮੂਵ ਕਰੋ ਛੋੜੇ ਵੀ ਤੁਹਾਡਾ ਕੀ ਨਾਮ ਹੈ ਰਾਮਪਾਲੀ ਕੋਲੀ ਗੁੱਡ ਉਧਰ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਵੀ ਪੱਖ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਰੇਡ ਕੀਤੀ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਜਰਾ ਤੁਹਾਨੂੰ ਸੁਣਵਾ ਦਿੰਨੇ ਆ ਕਿ ਜਿਹੜਾ ਪਿਛਲੇ ਦਿਨ ਇੱਕ ਪਰਚਾ ਹੋਇਆ ਸੀ ਚਾਰ ਵਿਅਕਤੀਆਂ ਤੇ ਕੋਈ ਕਿਸੇ ਮਾਮਲੇ ਲੈ ਕੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਮੀਨਾ ਰਾਣੀ ਮੀਨਾ ਸੈਣੀ ਹੈ ਜੀ ਉਹਨਾਂ ਨੇ ਪੁਲਿਸ ਤੇ ਬਲੇਮ ਲਾਇਆ ਵੀ ਜਿਹੜਾ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਆ ਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਉਸ ਮੁਕਦਮਾ ਜਿਹੜਾ ਰਜਿਸਟਰ ਕੀਤਾ ਉਹਦੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਵਿੱਚ ਜੋ ਵੀ ਆਪਣਾ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਮੁਲਜ਼ਮ ਤੇ ਜਿਹੜਾ ਉਹ ਤਾਂ ਕਹਿੰਦਾ ਹੁੰਦਾ ਵੀ ਮੇਰੇ ਖਿਲਾਫ਼ ਜਿਹੜਾ ਕੇਸ ਰਜਿਸਟਰ ਕੀਤਾ ਗਲਤ ਕੀਤਾ ਪੁਲਿਸ ਨੇ ਪਰ ਅਸੀਂ ਤਫਤੀਸ਼ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਜੇ ਇਹਨਾਂ ਕੋਲ ਰਿਕਵਰੀ ਹੋ ਗਈ ਤਾਂ ਅਰੈਸਟ ਪਾਈ ਜਾਏਗੀ ਜੇ ਨਾ ਰਿਕਵਰੀ ਹੋ ਗਈ ਤਾਂ ਫਿਰ ਮੁਕਦਮੇ ਨੂੰ ਜੇ ਜੋ ਵੀ ਤੱਥ ਸਾਹਮਣੇ ਆਉਂਦੇ ਸਨ ਸਰ ਫਗਵਾੜੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੇਸ ਆ ਜਿਹੜੇ ਇਦਾਂ ਕਦੀ ਰਕਾਮ ਇਹ ਤਲਾਹਾਂ ਤੇ ਵੱਡੇ ਵੱਡੇ ਕੇਸ ਤੁਰੇ ਫਿਰਦੇ ਆ ਉਹਨਾਂ ਨੂੰ ਤਾਂ ਪੁਲਿਸ ਕਰਦੀ ਨਹੀਂ ਪਰ ਕਿਸੇ ਦੀ ਤਲਾਹ ਦੇ ਉੱਤੇ ਇੱਕਦਮ ਆਪਾਂ ਫਾਈਲ ਦਰਜ ਕਰਨੀ ਕਿੰਨੀ ਕੁ ਜਾਇਜ਼ ਆ ਦੇਖੋ ਜੀ ਜਿਹੜਾ ਜਦੋਂ ਕੋਈ ਸੀਗਨਲ ਇਨਫੋਰਮੇਸ਼ਨ ਮਿਲਦੀ ਹੈ ਉਹਦੀ ਤਫਤੀਸ਼ ਕਰਨੀ ਤੇ ਬਣਦੀ ਹੈ ਪਰ ਸਰ ਕੋਰੇ ਪਾਵੇ ਉਹਨੇ ਦੋਸ਼ ਲਾਇਆ ਤਾਂ ਕਿ ਕੋਰੇ ਕਾਗਜ਼ਾਂ ਦੇ ਉੱਤੇ ਪੁਲਿਸ ਨੇ ਸਾਡੇ ਕੋਲ ਥਾਣੇ ਸਾਈਨ ਕਰਾਏ ਆ ਬਿਲਕੁਲ ਨਹੀਂ ਕੋਈ ਕਿਸੇ ਨੂੰ ਆਪਣੇ ਸਾਈਨ ਨਹੀਂ ਕਰਾਏ ਗਏ ਤੇ ਜੋ ਉਹ ਆਪਣੀ ਮਰਜ਼ੀ ਨਾਲ ਕਹਿ ਰਹੇ ਨੇ ਸਾਡੇ ਉਹਦੇ ਵਿੱਚ ਦੋਸ਼ੀ ਜੋ ਜਿਹੜੇ ਫੜਨ ਵਾਲੇ ਨੇ ਦੋ ਦੋਸ਼ੀ ਫੜਾਂਗੇ ਉਹਨਾਂ ਕੋਲ ਰਿਕਵਰੀ ਹੋਵੇਗੀ ਤੇ ਉਸ ਹਿਸਾਬ ਨਾਲ ਜਿਹੜੇ ਜਾਂ ਤਫਤੀਸ਼ ਅਮਲ ਲੈ ਪਰ ਸਰ ਬਰਾਮਦ ਕੀ ਕੁਛ ਨਹੀਂ ਹੋਈ ਹੈਗੀ ਕੁਛ ਵੀ ਪਾਇਆ ਨਹੀਂ ਗਿਆ ਇੱਕ ਦੋਸ਼ੀ ਦੇ ਘਰੋਂ ਸਾਨੂੰ 10 ਮੋਬਾਈਲ ਜਿਹੜੇ ਨੇ ਉਹ ਮਿਲੇ ਨੇ ਉਹ ਮੋਬਾਈਲਾਂ ਦੀ ਜਿਹੜੀ ਘੋਖ ਕੀਤੀ ਜਾ ਰਹੀ ਹੈ ਉਹਨਾਂ ਦੇ ਮੋਬਾਈਲਾਂ ਤੋਂ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਅਜੇ ਤਫਤੀਸ਼ ਕੀਤੀ ਜਾਏ ਸਰ ਟੋਟਲ ਕਿੰਨੇ ਆ ਵਿਅਕਤੀ ਉਸ ਮੁਕਦਮੇ ਦੇ ਵਿੱਚ ਚਾਰ ਵਿਅਕਤੀ ਨੇ ਪਰ ਅਜੇ ਜਿਹੜੇ ਸਾਡੇ ਦੋ ਵਿਅਕਤੀ ਆ ਫੜਨ ਵਾਲੇ ਨੇ ਤਫਤੀਸ਼ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਫਿਰ ਦੋ ਕਾਰਵਾਈ ਬੰਦੀ ਕਰਾਂਗੇ ਆ ਲੈ ਚੋਰੀ ਬੰਦ ਦਿੱਤੀ ਹੈ ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀਂ ਤੇ ਬੇਬੇ ਮੇਰੀ ਰੋਟੀ ਆ ਪਈ ਹੈ ਮੰਜੇ ਤੇ ਠੀਕ ਹੈ ਤੰਤੋ ਹਾਂ ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ ਸਸਤਾ ਆਟਾ ਤੇ ਦਾਲ ਦਵਾ ਕੇ ਸਾਨੂੰ ਗਰੀਬਾਂ ਨੂੰ ਦੋ ਜੂਨ ਦੀ ਰੋਟੀ ਪੱਕੀ ਕਰ ਦਿੱਤੀ ਆਟਾ ਦਾਲ ਸਕੀਮ ਨਾਲ ਅਸੀਂ ਭੁੱਖੇ ਨਹੀਂ ਸੋਏ ਕਦੇ ਐਤਕੀ ਵੋਟ ਬਾਦਲ ਨੂੰ ਹੀ ਪਾਉਣੀ ਹੈ ਗਲਤੀ ਨਾ ਕਰੀ ਇਸ ਵਾਰ ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ
फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।